ਹੈਲੋ ਜੀ, ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ। ਅੱਜ ਮੈਂ ਤੁਹਾਡੇ ਲਈ ਸੇਜਵਾਨ ਚਟਨੀ ਦੀ ਰੈਸਪੀ ਲੈ ਕੇ ਆਈ ਹਾਂ। ਜਿਹੜੀ ਇਹ ਚਟਨੀ ਹੈਗੀ ਹੈ, ਆਪਾਂ ਘਰ ਵਿੱਚ ਬਹੁਤ ਸੌਖੇ ਤਰੀਕੇ ਦੇ ਨਾਲ ਇਹਨੂੰ ਬਣਾ ਸਕਦੇ ਹਾਂ, ਅਤੇ ਆਓ ਬਣਾਉਣਾ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਅਸੀਂ ਇੱਕ ਬਰਤਨ ਲੈ ਲਵਾਂਗੇ, ਅਤੇ ਇਹਦੇ ਵਿੱਚ ਅਸੀਂ ਪਾਵਾਂਗੇ ਸੁੱਕੀਆਂ ਲਾਲ ਮਿਰਚਾਂ। ਜਿਹੜੀ ਆਪਾਂ ਇਹ ਲਾਲ ਮਿਰਚਾਂ ਲਈਆਂ ਹੈ, ਇਹ ਆਪਾਂ 30 ਮਿਰਚਾਂ ਲਈਆਂ ਹੈ ਗਿਣਤੀ ਦੀਆਂ। ਮਿਰਚਾਂ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜ੍ਹਾ ਜਿਹਾ ਅਦਰਕ ਪਾ ਦੇਵਾਂਗੇ ਇੰਨਾ ਕੁ, ਅਤੇ 4-5 ਜਿਹੜੀਆਂ ਤੁਰੀਆਂ ਹੈਗੀਆਂ ਆਪਾਂ ਲਸਣ ਦੀਆਂ ਪਾ ਦੇਵਾਂਗੇ, 1 ਹਰੀ ਮਿਰਚ, ਅਤੇ ਗਰਮ ਪਾਣੀ ਪਾ ਕੇ ਇਹਨੂੰ ਅਸੀਂ ਢੱਕ ਕੇ ਰੱਖ ਦੇਵਾਂਗੇ। ਇਹਦੇ ਵਿੱਚ ਆਪਾਂ ਗਰਮ ਪਾਣੀ ਹੀ ਪਾਉਣਾ ਹੈ, ਠੰਡਾ ਬਿਲਕੁਲ ਨਹੀਂ ਪਾਉਣਾ। ਇਹਨੂੰ ਆਪਾਂ 3 ਘੰਟੇ ਲਈ ਢੱਕ ਕੇ ਰੱਖ ਦੇਵਾਂਗੇ। 3 ਘੰਟਿਆਂ ਦੇ ਬਾਅਦ ਅਸੀਂ ਇਹਦਾ ਢੱਕਣ ਚੱਕ ਕੇ ਦੇਖਾਂਗੇ, ਜਿਹੜੀਆਂ ਮਿਰਚਾਂ ਹੈਗੀਆਂ ਉਹ ਚੰਗੀ ਤਰ੍ਹਾਂ ਫੁੱਲ ਜਾਣਗੀਆਂ ਪਾਣੀ ਦੇ ਵਿੱਚ। ਹੁਣ ਅਸੀਂ ਇਹਨਾਂ ਮਿਰਚਾਂ ਨੂੰ, ਲਸਣ ਅਦਰਕ ਜੋ ਇਕੱਠਾ ਹੈਗਾ, ਆਪਾਂ ਇਹਨੂੰ ਪੀਸ ਕੇ ਤਿਆਰ ਕਰਾਂਗੇ, ਇਹਦਾ ਇੱਕ ਪੇਸਟ ਬਣਾ ਲਵਾਂਗੇ। ਪੇਸਟ ਬਣਾਉਣ ਤੋਂ ਬਾਅਦ ਅਸੀਂ ਫਰਾਈਪੈਨ ਦੇ ਵਿੱਚ ਪਾਵਾਂਗੇ ਸਰ੍ਹੋਂ ਦਾ ਤੇਲ। ਤੇਲ ਨੂੰ ਅਸੀਂ ਗਰਮ ਰੱਖ ਦੇਵਾਂਗੇ। ਤੇਲ ਗਰਮ ਹੋਣ 'ਤੇ ਪਹਿਲਾਂ ਅਸੀਂ ਇਹਦੇ ਵਿੱਚ ਕੱਟਿਆ ਹੋਇਆ ਲਸਣ ਪਾ ਦੇਵਾਂਗੇ। ਲਸਣ ਨੂੰ ਅਸੀਂ ਜਾਂ ਕੱਟ ਲਵਾਂਗੇ ਬਰੀਕ ਬਰੀਕ, ਜਾਂ ਅਸੀਂ ਇਹਨੂੰ ਚੋਪਰ ਦੇ ਵਿੱਚ ਚੋਪ ਕਰ ਲਵਾਂਗੇ। ਲਸਣ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ। ਲਸਣ ਜਿਹੜਾ ਸਾਡਾ ਭੁੱਜ ਹੋ ਚੁੱਕਾ ਹੈ, ਅਤੇ ਹੁਣ ਅਸੀਂ ਇਹਦੇ ਵਿੱਚ ਅਦਰਕ ਪਾ ਦਿੰਦੇ ਹਾਂ। ਅਦਰਕ ਨੂੰ ਵੀ ਅਸੀਂ ਚੋਪ ਕਰਕੇ ਰੱਖਿਆ ਹੋਇਆ ਸੀ ਚੋਪਰ ਦੇ ਵਿੱਚ ਬਰੀਕ ਬਰੀਕ। ਇਹਨਾਂ ਦੋਨਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ। ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ 1 ਚਮਚ ਦੇ ਕਰੀਬ ਸਿਰਕਾ, ਅਤੇ 1 ਚਮਚ ਦੇ ਕਰੀਬ ਹੀ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਸੋਇਆ ਸੋਸ। ਸੋਇਆ ਸੋਸ ਪਾਉਣ ਤੋਂ ਬਾਅਦ ਇਹਨੂੰ ਪਕਾਵਾਂਗੇ ਚੰਗੀ ਤਰ੍ਹਾਂ, ਅਤੇ ਜਿਹੜਾ ਆਪਾਂ ਇਹ ਪੇਸਟ ਬਣਾ ਕੇ ਰੱਖਿਆ ਹੈ, ਹੁਣ ਅਸੀਂ ਇਹਨੂੰ ਪਾ ਦੇਵਾਂਗੇ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ। ਜਿਹੜਾ ਮੱਗ ਵਿੱਚ ਆਪਾਂ ਮਿਰਚਾਂ ਦਾ ਪੇਸਟ ਬਣਾ ਕੇ ਤਿਆਰ ਕੀਤਾ ਸੀ, ਉਹਦੇ ਵਿੱਚ ਆਪਾਂ 2 ਕੁ ਚਮਚ ਪਾਣੀ ਦੇ ਪਾ ਕੇ ਉਹਨੂੰ ਚੰਗੀ ਤਰ੍ਹਾਂ ਧੋ ਕੇ ਇਹਦੇ ਵਿੱਚ ਪਾ ਦੇਵਾਂਗੇ। ਇਹ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਆਪਣੇ ਸਵਾਦ ਦੇ ਅਨੁਸਾਰ ਨਮਕ। ਅਸੀਂ ਇੱਥੇ 1/2 ਕੁ ਚਮਚ ਨਮਕ ਦਾ ਪਾ ਦਿੱਤਾ ਹੈ। ਅਸੀਂ ਇਹਦੇ ਵਿੱਚ ਹੋਰ ਕੋਈ ਮਸਾਲਾ ਵਗੈਰਾ ਕੁਝ ਨਹੀਂ ਪਾਉਣਾ, ਸਿਰਫ ਨਮਕ ਪਾਉਣਾ ਹੈ। ਨਮਕ ਪਾਉਣ ਤੋਂ ਬਾਅਦ ਅਸੀਂ ਇਹਨੂੰ ਢੱਕ ਦੇਵਾਂਗੇ, ਥੋੜ੍ਹੀ ਦੇਰ ਅਸੀਂ ਇਹਨੂੰ ਪਕਾਵਾਂਗੇ। ਥੋੜ੍ਹੀ ਦੇਰ ਢੱਕ ਕੇ ਪਕਾਉਣ ਤੋਂ ਬਾਅਦ ਅਸੀਂ ਇਹਦਾ ਢੱਕਣ ਚੱਕ ਕੇ ਦੇਖ ਲਵਾਂਗੇ, ਇੱਕ ਵਾਰ ਇਹਨੂੰ ਸ਼ੇਡ ਮਾਰ ਲਵਾਂਗੇ। ਅਸੀਂ ਜਿਹੜੀ ਇਹ ਥੋੜ੍ਹੀ ਸੁੱਕੀ ਸੁੱਕੀ ਬਣਾਉਣੀ ਹੈ, ਇਹਦਾ ਜਿਹੜਾ ਪਾਣੀ ਹੈ ਉਹ ਆਪਾਂ ਸੁਕਾ ਲਵਾਂਗੇ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਟਮੈਟੋ ਕੈਚਪ। ਜਿਹੜੀ ਇਹ ਟਮੈਟੋ ਕੈਚਪ ਹੈ, ਮੈਂ ਘਰ ਵਿੱਚ ਬਣਾ ਕੇ ਤਿਆਰ ਕੀਤੀ ਸੀ। ਇਹਦੇ ਆਪਾਂ 2 ਚਮਚ ਦੇ ਕਰੀਬ ਜਿਹੜੇ ਟਮੈਟੋ ਕੈਚਪ ਦੇ ਭਰ ਕੇ ਪਾ ਦੇਵਾਂਗੇ। ਜੇ ਤੁਸੀਂ ਥੋੜ੍ਹੀ ਜ਼ਿਆਦਾ ਤਿੱਖੀ ਖਾਣੀ ਹੈ ਤਾਂ ਤੁਸੀਂ 1 ਚਮਚ ਵੀ ਪਾ ਸਕਦੇ ਹੋ। ਮੈਂ ਇੱਥੇ 2 ਚਮਚ ਪਾਏ, ਥੋੜ੍ਹਾ ਬੈਲੈਂਸ ਜਿਹਾ ਬਣ ਜਾਵੇ ਜਿੱਦਾਂ। ਥੋੜ੍ਹੀ ਕੁ ਦੇਰ ਅਸੀਂ ਇਹਨੂੰ ਪਕਾਵਾਂਗੇ, ਥੋੜ੍ਹੀ ਹੀ ਦੇਰ ਦੇ ਵਿੱਚ ਜਿਹੜੀ ਇਹ ਚਟਨੀ ਬਣ ਕੇ ਤਿਆਰ ਹੋ ਜਾਏਗੀ। ਜਦੋਂ ਇਹ ਚਟਨੀ ਥੋੜ੍ਹੀ ਗਾੜ੍ਹੀ ਹੋਣੀ ਸ਼ੁਰੂ ਹੋ ਜਾਵੇ ਉਦੋਂ ਤੱਕ ਅਸੀਂ ਇਹਨੂੰ ਪਕਾਵਾਂਗੇ। ਦੇਖੋ ਜਿਹੜੀ ਚਟਨੀ ਇੱਧਰ ਸਾਡੀ ਗਾੜ੍ਹੀ ਹੋਣੀ ਸ਼ੁਰੂ ਹੋ ਗਈ ਹੈ। ਜਦੋਂ ਇਸ ਤਰ੍ਹਾਂ ਗਾੜ੍ਹੀ ਹੋ ਜਾਏਗੀ, ਫਿਰ ਅਸੀਂ ਗੈਸ ਨੂੰ ਬੰਦ ਕਰ ਦੇਵਾਂਗੇ। ਇੱਧਰ ਜਿਹੜੀ ਸਾਡੀ ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ, ਅਤੇ ਅਸੀਂ ਇਹ ਚਟਨੀ ਨੂੰ ਐਜ਼ ਏ ਜਿੱਦਾਂ ਆਪਾਂ ਅਚਾਰ ਖਾਂਦੇ ਹਾਂ, ਉੱਦਾਂ ਵੀ ਥੋੜ੍ਹੀ ਜਿਹੀ ਆਪਣੀ ਰੋਟੀ ਸਬਜ਼ੀ ਦੇ ਨਾਲ ਲੈ ਸਕਦੇ ਹਾਂ। ਬਹੁਤ ਸਵਾਦ ਲੱਗਦੀ ਹੈ, ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ। ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਵੀਡੀਓ 'ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ। ਅਤੇ ਮਿਲਦੇ ਹਾਂ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ।